ਵੱਡਾ ਗੋਸ਼ਤ ਲੈ ਆਉਂਦਾ ਵੱਡਾ ਗੋਸ਼ਤ ਨਾ ਹੋਵੇ ਤਾਂ ਵੱਲ ਗੱਲ ਕਰੋ ਵੱਡਾ ਗੋਸ਼ਤ ਲੈ ਆਉਂਦਾ ਠੀਕ ਹੈ ਨਾ ਕੇਂਦਰ ਪਿੱਛਾ ਲਈ ਕੱਢਣ ਖੇੜੇ ਲਿਖਵਾ ਕੇ ਬੈਠਾ ਸੁਣਾ ਦੂਜਾ ਨਹੀਂ ਯਾਰ ਤੁਸੀਂ ਖਾਓ ਮੈਂ ਨੀ ਖਾਂਦਾ ਰੋਟੀ ਕੋਹ ਨੀ ਵੇਖਾ ਦੇ ਕਾਵੇੜ ਤੁਸੀਂ ਜਾਤ ਖਾਣ ਦੀ ਪਾਰੋ ਕਿਤਨੀ ਨੇ ਦਿੱਤੀ ਤੇਰੇ ਕੋਲ ਪੈਸੇ ਹਨ ਕੋਨਾ 2000 ਕਿਵੇਂ ਦੇ ਦਿੱਤੀ ਖੂ ਗੁਲਾਮ ਸਨਾਂ ਲਿਖੇ ਯਾਰ ਹਾਂ ਬਹੁਤ ਤੁਹਾਡੇ ਸਾਹਮਣੇ ਉਹ ਮੈਂ ਮਲਿਕ ਹਸਨ ਮਿਹਤਲ 2000 ਨੇ ਦਿੱਤੀ ਖੜੇ ਇਸ ਟਾਈਮ ਮੈਨੂੰ ਸਮਝ ਨਹੀਂ ਆਉਂਦੀ ਪਈ 2000 ਦਿੱਤਾ ਕਿਵੇਂ ਯਾਰ ਤੁਹਾਡੀ ਸ਼ਾਦੀ ਤੇ 2000 ਨੇ ਅੰਦਰ ਦਿੱਤੀ ਵੈਦਾ ਬੰਦਾ ਮੈਂ 5 ਹੀ ਦੇ ਸਕਦਾ ਭਾਈ ਦੇ ਸਕਦਾ ਮੈਨੂੰ ਪਤਾ ਕਿਛਾ ਤੇ ਮੇਰਾ ਆਪਣਾ ਘਰ ਹੈ ਕੁਛ ਹੈ ਨਹੀਂ ਵੇਦੇ ਬਣੀ ਕੋ ਆਉਣ ਵਾਲੇ ਟਾਈਮ ਤੇ ਅੱਲਾ ਰੋਟੀ ਦੇ ਦੇ ਬੀਕ ਕਾ ਦੇ ਪੈਣ ਇਹ ਦੁੱਲੇ ਦਾ ਵਾਲੇ ਸਾਹਿਬ ਅੱਜ ਭਾਈ ਨੇ ਅੰਦਰ ਕੋ ਨਹੀਂ ਤਾਂ ਕਾਪੀਆਂ ਫਰੋਲ ਤੇ ਹੈ ਮੈਂ ਕੋਈ ਮਹਿਸੂਸ ਹੈ ਵੀ ਤੁਹਾਡੀ ਨੇ ਅੰਦਰ ਸਾਰੇ ਪਾਸੇ ਨੇ ਕੋਲ ਅਸਾਂ ਜੀ ਖਾਵਣ ਆਏ ਵੰਦ ਤੁਨ ਕੋਈ ਕਰਾ ਦੇ ਮੈਂ ਆ ਸਭ ਤੁਹਾਨੂੰ ਕਦਾ ਨਹੀਂ ਕਰ ਸਕਦੇ ਚਲੋ ਚੁੱਪ ਚੁੱਕਰੇ ਮੌਬਤੀ ਨਹੀਂ ਇਹ ਦੁੱਲੇ ਦਾ ਵਾਲੇ ਸਾਹਿਬ ਕੋਈ ਗੱਲ ਨੀ ਅੱਗਾ ਪਿੱਛਾ ਉਹ ਆਉਂਦਾ ਦੱਸਾਂ ਕਾਰਨ ਵੀ ਵਰੇ ਬਲੀ ਮੈਂ ਹਮਸਾਏ ਆਪਣੇ ਆਏ ਵਧਨ ਉਸ ਤੋਂ ਬਾਅਦ ਹਾਂ ਬਿਲਕੁਲ ਲਸਿੰਦਾ ਪੀਉਣ ਹਮਸਾਏ ਆਏ ਵਧਨ ਆਪਣੇ ਕੈਮਰੇ ਵਾਲਾ ਕੋਨ ਮੈਂ ਦੱਸਿਆ ਪਈ ਸਾਰਿਆਂ ਮੁਰਗਾ ਨੀ ਮੁਰਗਾ ਉਹਦੇ ਭਰਾ ਇੱਕ ਸਾਈਡ ਤੇ ਪਈ ਆ ਵੱਡਾ ਗੋਸ਼ਤ ਹੈ ਇਹਨਾਂ ਦਾ ਫਿਲਮ ਚਲਾ ਦਿੱਤੀ ਬਸ ਨਾਮ ਕੀ ਹਾਲ ਨੇ ਦੋ ਟੈਂਟ ਲੱਗੇ ਹੋਏ ਨੇ ਇੱਕ ਪਰਲੀ ਸ਼ਹਿਰ ਤੋਂ ਤੇ ਇੱਕ ਇਸ ਸ਼ਹਿਰ ਤੋਂ ਅਸਲਾਮ ਅਲੈਕੁਮ ਅਲਹਮਦੁਲਿਲਾ ਤੁਸੀਂ ਸੁਣਾਓ ਭਾਈ ਜੀ ਖੈਰ ਤਰੀ ਹੈ ਤੁਸੀਂ ਸੁਣਾਓ ਬਸ ਬਸ ਹੀ ਹੁੰਦਾ ਨਾ ਮੋਕਾ ਭਾਈ ਕੀ ਹਾਲ ਹੈ ਠੀਕ ਹੋ ਵੀਡੀਓ ਕਰੀ ਬਣਾਉਣਾ ਹੈ ਸ਼ਾਦੀ ਤੇ ਵੱਡਾ ਕਮਾ ਮੋਗੀ ਹੈ ਠੀਕ ਆ ਖਾਵੇ ਉਹ ਭੈਣ ਨੇ ਤੇ ਲਿਖਵਾ ਕੇ ਬੈਠਾ ਸੁਣਾ ਦੂ ਨਹੀਂ ਯਾਰ ਇਹ ਨਹੀਂ ਕਰ ਅੱਛਾ
ਜਿਹੜਾ ਸੀ ਚਿੰਚਰੇ ਬੈਠੇ ਇਹ ਚਿੰਚਰੇ ਬੈਠੇ ਇਹ ਮੇਰੇ ਬੈਠਾ ਕੁੱਤਾ ਬੈਠੇ ਆ ਕੀ ਹੋ ਗਈ ਗਾਰ ਦੀ ਗੱਲ ਬਹੁ ਕਿਆ ਠੀਕ ਹੋ ਉਹ ਦੇ ਕੱਟਾ ਉਸ ਤੋਂ ਸ਼ਮਤ ਨੂੰ ਖਵਾਇਆ ਗਾਲ ਮੋਗੇ ਬੱਚਾ ਵਾਲਾ ਗਾਲ ਦੀ ਫਿਰ ਅੱਛਾ ਚਲੋ ਨਰਾਜ਼ ਹੁੰਦਾ ਮੇਰਾ ਬੜਵਾਏ ਬਿਨਾ ਇੰਤਜ਼ਾਮ ਇਹ ਵਲੌਗ ਬਣਾ ਵਲੌਗ ਬਣਾ ਅੱਛਾ ਉਹ ਰੱਖਦੇ ਜਾਇ ਰਾਜਾ ਅੱਛਾ ਜੀ ਇੱਥੇ ਆਵੇ ਤਾਂ ਵੱਡਾ ਗੋਸ਼ਟ ਆ ਗਿਆ ਅੱਛਾ ਰੱਖ ਜਾ ਨਾ ਛੋੜ ਜਾ ਨਾ ਨਾ ਕਰੋ ਨਾ ਕਹਿ ਨਾਲ ਨਾ ਕਰੋ ਨਾ ਇੱਥੇ ਆਵੇ ਵੱਡਾ ਗੋਸ਼ਟ ਆਵੇ ਛੋਟੇ ਛੋਟੇ ਦੀ ਲੋੜ ਕੋ ਨਹੀਂ ਛੋਟੇ ਦੀ ਕੋਈ ਨਹੀਂ ਕੋਈ ਬੰਦਾ ਤਾਂ ਹੋਵੇ ਜਿਹੜਾ ਸ਼ਾਦੀ ਤੇ ਆਇਆ ਪਤਾ ਲੱਗੇ ਤੁਹਾਨੂੰ ਅੱਲਾ ਬਾਈ ਸਾਹਿਬ ਆਇਆ ਬੈਠੇ ਸ਼ਾਂ ਚਾਦੀ ਤੇ ਨਹੀਂ ਤਾਂ ਅਸਾਂ ਨਹੀਂ ਖਾਂਦੇ ਹੁਣ ਮੇਰੇ ਨਾਲ ਆਖ ਕੋਈ ਚੰਗਾ ਇਹ ਰੋਟੀ ਤੂੰ ਜਿਹੜੀ ਖਾਣਾ ਇਹ ਦਵਾਈ ਦੇ ਜਾਣ ਦੇ ਨਹੀਂ ਕੋਈ ਚੰਗਾ ਕਿਤਨੀ ਰੋਟੀ ਬੈਠੇ ਸੁਣਤਾ ਲੈ ਯਾਰ ਕਹੋ ਮੈਂ ਤੇ ਮੁਕਾਲ ਗੋਸ ਖਾ ਠੀਕ ਠੀਕ ਇੱਥੇ ਮੁਖਾਲਫ ਨੂੰ ਉੱਥੇ ਬੰਦੇ ਕੋ ਨਹੀਂ ਦਾਂਦੇ ਇੱਥੇ ਕਾਹਨੇ ਬੰਦੇ ਰਾਂਦੇ ਮੁਖਾਲਫ ਇੱਥੇ ਮੁਖਾਲਫ ਨੂੰ ਸੱਲਾ ਹੁੰਦਾ ਬੰਦੇ ਨਾਲ ਹਾਂ ਕੋਈ ਨਹੀਂ ਓਏ ਗੰਦਲੂਆ ਬੱਗੇ ਦੀ ਮੈਂ ਕਿਉਂ ਰੋਕਾਂ ਤੂੰ ਡੇੜੀ ਜੀ ਰੋਕ ਦੇ ਮੈਂ ਅੱਛਾ ਵਟਾਲਾ ਸੋ ਤੇ ਕੋਲ ਵਟਾਲਾ ਸੋ ਤੋਂ ਨਾ ਕੋਲ ਹੈ ਸੋ ਜਲਦੀ ਓ ਖਾ ਤੂੰ ਬਿਗੈਰ ਤੇ ਖਾ ਮੇਰਾ ਪੁੱਤਰ ਹੀ ਖਾਣਾ ਬੜਾ ਖਾ ਇਤੇ ਮੇਰਾ ਪੁੱਤਰ ਹੈ ਮੇਰਾ ਬਦਰੀਜਾ ਹੈ ਬੀ ਆਈ ਆ ਉਸ ਤੋਂ ਬਾਅਦ ਨਾ ਬਾਕੀ ਸਾਰੇ ਛੋਟੇ ਨਾਲ ਲੰਮਦੋ ਲੀਲਾ ਮੈਂ ਸੱਚੀ ਜ਼ਿਆਦਾ ਬੈਠਾ ਲੜਸੂ ਤਾਂ ਰਲੇ ਰਲ ਕੇ ਲੜਸੂ ਲਾ ਬਸ ਤੇ ਮੈਂ ਕੋਈ ਨਾ ਕੁਝ ਜਾ ਕੇ ਮੈਂ ਤਾਂ ਆਖਣਾ ਬੈ ਪਾਸੇ ਵੱਡਾ ਗੋਸ਼ਤ ਇੱਥੇ ਛੋਟਾ ਗੋਸ਼ਤ ਹੈ ਮੋਗੀ ਹੋਵੇ ਤਾਂ ਵਾਲ ਭਾਈ ਮੋਗੀ ਨਹੀਂ ਬਰੀ ਖੜੇ ਬਾਈ ਜਾਨ ਹੁਣ ਤਾਂ ਖੇੜਿਆ ਕੋਲ ਲੈ ਨਾਲ ਹੀ ਅਸਾਂ ਤਾਂ ਤੇਰੇ ਨਾਲ ਲੜਨਾ ਰਿਸ਼ਤਾ ਤੁਸਾਂ ਦਿੱਤਾ ਤੇਰੇ ਨਾਲ ਲੜਨਾ ਉਹ ਬਾਤ ਦੀ ਗੱਲ ਨਹੀਂ ਯਾਦ ਖਾਂ ਹਾਲੇ ਤਾਂ ਲਈ ਬੈਠੇ ਹਾਲੇ ਤਾਂ ਲਈ ਬੈਠੇ ਡਾਡੇ ਹੋਏ ਬੈਠੇ ਲੱਭਾ ਸਾਹਿਬ ਡਾਡਾ ਹੋਇਆ ਬੈਠੇ ਤਾਂ ਤਾਂ ਇਹ ਦੂ ਕੁਰਸੀਆਂ ਤੇ ਉਸਨੇ ਅੱਗਾ ਪਿੱਛਾ ਫੈਲਾ ਦਿੱਤਾ ਆਪਣੇ ਆਪ ਨਹੀਂ ਪਾਰੂ ਤ੍ਰੈ ਕੁਰਸੀਆਂ ਤੇ ਫੈਲਾ ਦਿੱਤਾ ਬੈਠਾ
ਭਈਆ ਮੈਂ ਫੋਨ ਕਰਕੇ ਸਾਨੂੰ ਹੀ ਦੇ ਛੱਡਿਆ ਤੈਂ ਛੱਡਿਆ ਮੈਂ ਛੱਡ ਤੈਂ ਛੱਡਿਆ ਤੈਂ ਫੋਨ ਕੀਤਾ ਤੈਂ ਕੀਤਾ ਫੋਨ ਮੈਂ ਆਪਣੇ ਪਿਤਰੇ ਨੂੰ ਫੋਨ ਕਰੇਂਦਾ ਪਿਆ ਅੱਛਾ ਅੱਜ ਅਸਾਂ ਦੱਸਣਾ ਹੈ ਇਲਾਕੇ ਦੇ ਪੂਰੇ ਦੇ ਵਿੱਚ ਸ਼ਾਦੀ ਤੇ ਤੁਸੀਂ ਦੱਸੋ ਸੀ ਕਹਿ ਨੂੰ ਅਸਾਂ ਅੱਜ ਦੱਸੇ ਸੂ ਸੱਚੀ ਗੱਲ ਹੀ ਫਿਰ ਆ ਉਰੇ ਆ ਇਜਾਜ਼ ਖਾਂ ਛੱਡਿਆ ਤੇ ਆ ਉਰੇ ਰਿਸ਼ਤੇਦਾਰੀ ਹੋ ਗਈ ਇਸ ਟਾਈਮ ਤਾਂ ਦੱਸਿੰਦਾ ਪਈ ਸਾਰਿਆਂ ਨੂੰ ਬਈ ਰਿਸ਼ਤਾ ਦੇ ਕੇ ਤੇ ਨੇਂਦਰ ਪਿੱਛਾ ਲਈ ਗੜਨ ਖੈੜੇ ਕੱਟਾ ਖਵਾਓ ਤਾਂ ਅੱਜ ਰੋਲਾ ਕੌਣ ਆਈ ਸੁਣ ਲਓ ਇਹ ਸੱਚੀ ਗੱਲ ਹੈ ਕੱਟੇ ਦਾ ਰੋਲ ਆਈ ਵੇ ਕੱਟੇ ਦੀ ਗੱਲ ਤੁਹਾਡੀ ਲੀਕ ਕਰਨ ਵਾਲਾ ਇਸ ਟਾਈਮ ਮੌਕੇ ਤੇ ਮੈਂ ਤੁਹਾਨੂੰ ਸੱਚੀ ਦੱਸੀ ਵਜਾ ਕੋਈ ਰੋਲਾ ਕੋਣ ਆਈ ਕੱਟੇ ਦਾ ਨਾ ਪੂਰੀ ਬਿਆਦਰੀ ਰੋਸ ਕੇ ਵਹਿੰਦੀ ਆਈ ਤੁਹਾਡੀ ਇਸੇ ਬੰਦੇ ਨੇ ਆਖਿਆ ਕੱਟਾ ਹੈ ਤਾਂ ਸਹੀ ਇਸ ਗੱਲ ਦਾ ਸਾਨੂੰ ਪਤਾ ਹੈ ਕਿਉਂਕਿ ਕਸਾਈਆਂ ਹੀ ਸਾਨੂੰ ਫੋਨ ਕਰਕੇ ਦੱਸਿਆ ਬਈ ਕੱਟਾ ਬਣਾ ਪਈ ਹੈ ਤੁਸੀਂ ਸਾਰਿਆਂ ਨੂੰ ਬਰੈਰਲ ਖਵਾ ਤੇ ਚੈੱਕ ਛੋੜਿਆ ਬੜੇ ਸਿਆਣੇ ਬਣੇ ਵੇ ਲੋਕਾਂ ਦੇ ਪਾਸੋਂ ਕੱਟੇ ਖਾ ਤੇ ਆਏ ਵੇ ਹੈ ਨਾ ਲੋਕਾਂ ਦੇ ਪਾਸੋਂ ਕੱਟੇ ਖਾ ਤੇ ਆਏ ਸਾਡੇ ਅੱਜ ਤੇ ਨਾ ਸਾਬਤ ਕਰੇ ਨਾ ਇਹ ਕਿੱਥੇ ਜਗਾਇਆ ਨੇ ਪੈਣ ਬਰੈਰਰ ਕਹਿ ਨਹੀਂ ਖਾਦੀ ਭਾਈ ਰੋਲਾ ਪੈ ਗਈ ਇੱਥੇ ਨੇਂਦਰਾ ਪਿਛਾਟੀਆਂ ਨੇ ਇਸ ਟਾਈਮ ਇਹਨਾਂ ਦੀ ਯਾਦ ਰਵੇ ਨਾ ਇਹ ਕੱਟਾ ਕਿਤੇ ਖਵੀਂਦਾ ਬਰੈਰਲ ਕਿਤੇ ਖਵੀਂਦੀ ਹੈ ਨੇਂਦਰ ਕਿਥੋਂ ਪਾ ਪਸਰ ਕਰੀਂਦੀ ਹੈ ਹਰ ਗੱਲ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਇਜਾਜ਼ ਖਾਂ ਵਾਪਸ ਲੈ ਗਈ ਨੇਂਦਰ ਉਹ ਕੱਟਾ ਖਵੈਂਦਾ ਤੇ ਇਹਨਾਂ ਨੇ ਬਰੈਰਾ ਲਿਖਵਾ ਆਉਂਦਾ ਪਈ ਹੈ ਚੱਲ ਚੱਲ ਕੱਟਾ ਆਉਂਦਾ ਵੀ ਇਹਨਾਂ ਪੱਕੀ ਗੱਲ ਇਹਨਾਂ ਮੈਂ ਝੂਠ ਮਾਰਾਂਗੇ ਤੇ ਨਾਲ ਗੱਲ ਕਰੋ ਨਹੀਂ ਕੱਟਾ ਲੜ ਪਾਉਣਾ ਰਾਤ ਇਹਨਾਂ ਨਾਲ
ਕੱਟਾ ਵੀ ਪਰ ਚੱਲ ਗਈ ਏ ਸੱਚੀ ਗੱਲ ਆ ਸਾਰੇ ਰੋਲੇ ਸੱਚੇ ਨੇ ਇਸ ਟਾਈਮ ਜਿਹੜੀ ਤਲਬ ਦਾ ਕੀ ਮਤਲਬ ਹੈ ਸੱਟੇ ਤੇ ਕੰਮ ਚਲਾ ਦਿੱਤਾ ਕੱਟਾ ਖਾਵਣਾ ਹੁਣ ਅਸਾਂ ਪਿੱਛੋਂ ਇਜਾਜ਼ ਖਾਨ ਨੂੰ ਫੋਨ ਕਰੇ ਸਾਂ ਦੂ ਹਜ਼ਾਰ ਨੇਂਦਰਵਲ ਦੀ ਪਿੱਛਾ ਲਿਖਵਾਏ ਸਨ ਕਿਉਂਕਿ ਖੇੜੇ ਨਾਲ ਨਵੀਂ ਵਿਆਹ ਵੀਰ ਗੱਲ ਸਾਰੀ ਸੱਚੀ ਆ ਹੀ ਦੇਖ ਲਓ ਕੱਟਾ ਖਾਂਦੇ ਬੈਠੇ ਨੇ ਉਹ ਸਾਹਮਣੇ ਚਾਚਾ ਜੂਸਾ ਖਾਂਦਾ ਬੈਠਾ ਕੱਟਾ ਦੇਖ ਲਓ ਹਮਸਾਇਆ ਉਹਨੂੰ ਪਤਾ ਹੀ ਕੱਟੇ ਦੇ ਹੱਥ ਰੱਖਾ ਹੀ ਬੰਦੇ ਨੇ ਇਸ ਟਾਈਮ ਜਿਹੜਾ ਨਾ ਸਾਰੇ ਨਾਲ ਦੂ ਨੰਬਰੀ ਚੱਲੀ ਏ ਅਸਾਂ ਬਈ ਨਾਰਾਜ਼ ਇਸ ਟਾਈਮ ਪਤਾ ਕੀ ਸ਼ਹਿਰ ਨਹੀਂ ਖਾਂਦੇ ਹੋਟਲ ਤੇ ਵੈਸੋ ਇਹਨਾਂ ਦੇ ਪੈਸੇ ਦੀ ਹੋਟਲ ਤੋਂ ਰੋਟੀ ਖਾ ਤੂੰ ਅਲਹਮਦੁਲਿਲਾ ਇਵੇਂ ਨਾ ਚੱਲ ਬਾਈ ਮਾਵਾ ਸੁਣਾ ਸੱਚਾ ਇਹ ਦੇਖ ਲਓ ਉਹ ਬੰਦੇ ਹੀ ਬੈਠੇ ਲੂ ਚੱਕੀ ਵਾਲਾ ਤਾਂ ਸਾਹਮਣੇ ਪਹਿਲੇ ਆਇਆ ਬੈਠਾ ਹੋਇਆ ਵੀਡੀਓ ਨੀ ਬਣਾਈ ਕੌਣ ਹੀ ਘੱਟਾ ਕੂੜ ਮਰ ਲਿਆ ਸਾਰਾ ਨਾਲ ਫਕੀਰ ਨੀ ਮਰੇ ਨੀ ਇਹਦੇ ਗਾਲ ਉਹ ਕਹਿ ਪਹਿਲੇ ਪੰਜਾਂ ਨੂੰ ਹੁਣ ਵੱਲ ਪੰਦਰਾਂ ਸੀ ਤੇ ਵੱਲ ਦੀ ਵੀ ਮੈਂ ਕਿਉਂ ਖਾਵਾਂ ਮੈਂ ਹੋਟਲ ਤੇ ਬੈਠਾ ਤੇਰੇ ਉਹਨੇ ਮੈਂ ਖਾਣਾ ਕੀ ਹੈ ਮੇਰੇ ਤਾਂ ਝੜ ਵੈਸੇ ਮੈਂ ਰੋਟੀ ਨਹੀਂ ਦਿੱਤੀ ਉਹਨਾਂ ਨੂੰ ਬਾਈ ਜਾਨ ਲੱਕੋੜੀ ਆ ਤੇ ਛੂਆ ਛੂਆ ਨੂੰ ਪਹਿਲੇ ਪਹਿਲੇ ਲਵਣ ਦੋ ਇਹ ਨਾ ਖੈ ਪੈ ਤਮੀਲ ਰੋਲਾ ਨਾ ਪਵੇ ਆਈ ਸਾਡੀ ਪਹਿਲੀ ਸ਼ਾਦੀ ਹੈ ਵੀਰ ਜਿੰਦੇ ਸਾਨੂੰ ਬਹੁਤ ਮਜ਼ਾ ਆਇਆ ਵੀਰ ਟਾਈਮ ਹੋ ਗਿਆ ਸਰ ਮੇਰੇ ਵੀਰਾ ਰੋਟੀ ਕੋਈ ਨਹੀਂ ਵੇਖਾ ਦੀ ਕਾਵੇਟ ਤੋਂ ਇਜਾਜ਼ ਖਾਂ ਦੀ ਬਾਰੋ ਕਵੀ ਹੈ ਕਾਫੀ ਕੌਣ ਤੁਸਾਂ ਖਾਓ ਮੈਂ ਨਹੀਂ ਖਾਂਦਾ ਮੇਰਾ ਵੀਰਾ ਲੱਗਾ ਗਿਆ ਤੇ ਮੈਂ ਕੀ